ਹਿੰdia ਨਿਊਜ਼ ਪੰਜਾਬ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਗੱਲ ਕਰਾਂਗੇ ਇੱਕ ਅਹਿਮ ਮੁੱਦੇ ਦੀ ਜੀਹਾਂ ਭਾਰਤ ਰਤਨ ਭਾਰਤ ਰਤਨ ਕਿਸ ਨੂੰ ਦਿੱਤਾ ਜਾਵੇ ਭਾਰਤ ਰਤਨ ਕਿਨਾ-ਕਿਨਾ ਨੂੰ ਮਿਲਿਆ ਵੈ ਹੁਣ ਅੱਗੇ ਭਾਰਤ ਰਤਨ ਕਿਸ ਨੂੰ ਮਿਲਣਾ ਚਾਹੀਦਾ ਇਸ ਨੂੰ ਲੈ ਕੇ ਲਗਾਤਾਰ ਵਿਵਾਦ ਜੁ ਹੈ ਉਹ ਪੱਕਾਦਾ ਰਹਿੰਦਾ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਵੱਲੋਂ ਦੀ ਲਗਾਤਾਰੇ ਸਵਾਲ ਚੁੱਕੇ ਜਾਂਦੇ ਨੇ ਕਿ ਪਹਿਲਾਂ ਜਦੋਂ ਭਾਰਤ ਰਤਨ ਦਿੱਤੇ ਜਾਂਦੇ ਸੀ ਉਦੋਂ ਕਾਣੀਵੰਡ ਕੀਤੀ ਜਾਂਦੀ ਸੀ ਵਿਤਕਰਾ ਕੀਤਾ ਜਾਂਦਾ ਸੀਗਾ ਤੇ ਕਿਤੇ ਨਾ ਕਿਤੇ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਕਿ ਕਾਂਗਰਸ ਜੋ ਹੈ ਆਪਣਿਆਂ ਦੇ ਲਈ ਹੀ ਜਾਂ ਉਸ ਵੇਲੇ ਦੇ ਪ੍ਰਧਾਨ ਮੰਤਰੀਆਂ ਦੇ ਲਈ ਹੀ ਕੋ ਪਰਿਵਾਰ ਦੇ ਨਾਲ ਸੰਬੰਧਤ ਲੋਕਾਂ ਨੂੰ ਜੋ ਹੈ ਭਾਰਤ ਰਤਨ ਦਿੰਦੇ ਰਹੀ ਤਿਆਚ ਮੁਰਤੋਂ ਇਹ ਵਿਵਾਦ ਕਿਉਂ ਪੱਖਿਆ ਕਿਉਂ ਭਰਤ ਰਤਨਦੀ ਮੈਂ ਗੱਲ ਕਰ ਰਿਹਾ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦੇ ਉੱਤੇ ਸਵਾਲ ਚੁੱਕੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਹ ਪਹੁੰਚੇ ਸਨ ਸੰਗਰੂਰ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਜਿੱਥੇ ਤੀਜਾ ਸਿੰਘ ਸੁਤੰਤਰ ਜੋ ਕਾਮਰੇਡ ਰਹੇ ਨੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਉਹਨਾਂ ਦਾ ਇੱਕ ਬੁੱਤ ਜੋ ਹੈ ਯਾਦਗਾਰੀ ਬੁੱਤ ਹੈ ਉਸ ਦਾ ਉਦਘਾਟਨ ਕੀਤਾ ਗਿਆ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਨਮਾਨ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਆਜ਼ਾਦੀ ਦੇ ਘੋਲ ਦੇ ਵਿੱਚ ਜਿਹੜੇ ਸੁਤੰਤਰਤਾ ਸੈਨਾਨੀ ਹਿੱਸਾ ਪਾਉਂਦੇ ਰਹੇ ਜਾਂ ਹੋਰ ਜਿਹੜੇ ਆਜ਼ਾਦੀ ਕੋਲਟੀ ਹਿੱਸਾ ਪਾਉਂਦੇ ਰਹੇ ਉਹਨਾਂ ਨੂੰ ਜੋ ਹੈ ਭਾਰਤ ਰਤਨ ਜੋਨੇ ਦੇਣੇ ਚਾਹੀਦੇ ਨੇ ਪਰ ਉਹਨਾਂ ਨੇ ਨਹਿਰੂ ਪੰਡਿਤ ਜੋਹਰ ਲਾਲ ਨੇ ਉਜਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਾਨੂੰ ਉਹਨਾਂ ਦੇ ਉੱਤੇ ਸਵਾਲ ਚੁੱਕੇ ਨਾਲ ਹੀ ਇੰਦਰਾ ਗਾਂਧੀ ਤੇ ਵੀ ਸਵਾਲ ਚੁੱਕ ਦਿੱਤਾ ਕਿ ਜੋ ਨੇ ਆਪਣੇ ਲਈ ਭਾਰਤ ਰਤਨ ਮੰਗਦੇ ਰਹੇ ਉਹਨਾਂ ਨੇ ਕਿਹਾ ਕਿ ਭਾਰਤ ਰਤਨ ਦੀ ਇੱਕ ਜੋ ਹੈ ਬਹੁਤ ਵੱਡੀ ਸ਼ਾਨ ਹੈ ਇੱਕ ਬਹੁਤ ਜਿਸ ਨੂੰ ਵੀ ਭਾਰਤ ਰਤਨ ਮਿਲਦਾ ਉਸ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ ਤੇ ਅਜਿਹਾ ਹੋਣਾ ਚਾਹੀਦਾ ਹੈ ਕਿ ਭਾਰਤ ਰਤਨ ਉਹਨਾਂ ਲੋਕਾਂ ਨੂੰ ਮਿਲੇ ਜੋ ਇਸ ਦੇ ਸਹੀ ਹੱਕਦਾਰ ਨੇ ਜਿਨ੍ਹਾਂ ਨੇ ਦੇਸ਼ ਦੇ ਕਿਸੇ ਵੀ ਤਰ੍ਹਾਂ ਦੇ ਨਾਲ ਯੋਗਦਾਨ ਪਾਇਆ ਹੈ ਸਿਰਫ ਇੱਕੋ ਪਰਿਵਾਰ ਤੱਕ ਜੋ ਹੈ ਭਾਰਤ ਰਤਨ ਸੀਮਤ ਨਹੀਂ ਰਹਿਣਾ ਚਾਹੀਦਾ ਤਾਨੂੰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਮੰਗ ਚੱਲੀ ਆ ਰਹੀ ਹੈ ਹਰੇਕ ਜਿਹੜਾ ਸੂਬੇ ਦਾ ਲੀਡਰ ਹੈ ਉਹ ਮੰਗ ਕਰਦਾ ਹੈ ਕਿ ਸਾਡੇ ਸੂਬੇ ਦੇ ਇਸ ਲੀਡਰ ਨੂੰ ਜੋ ਹੈ ਭਾਰਤ ਰਤਨ ਦਿੱਤਾ ਜਾਵੇ ਭਾਵੇਂ ਨੀਤਾਜੀ ਸੁਭਾਸ਼ ਚੰਦਰ ਬੋਸ ਦਾ ਜੋ ਹੈ ਉਹ ਨਾਮ ਸਾਹਮਣੇ ਆਉਂਦਾ ਰਹਿੰਦਾ ਹੈ ਜਿਹੜੇ ਹਾਕੀ ਦੇ ਜਾਦੂਗਰ ਰਹੇ ਨੇ ਧਿਆਨ ਚੰਦ ਉਹਨਾਂ ਦਾ ਨਾਮ ਸਾਹਮਣੇ ਆਉਂਦਾ ਰਹਿੰਦਾ ਹੈ ਕਈਆਂ ਵੱਲੋਂ ਇਹ ਚੁੱਕਿਆ ਜਾਂਦਾ ਹੈ ਕਿ ਉਹਨਾਂ ਨੂੰ ਦਿੱਤਾ ਜਾਵੇ ਹੁਣ ਪਿੱਛੇ ਜੇ ਇਹ ਵੀ ਚਰਚਾਵਾਂ ਚੱਲ ਰਹੀਆਂ ਸਨ ਜਦੋਂ ਤੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ ਕਿਸ ਵਰਕਰ ਨੂੰ ਜੋ ਹੈ ਭਾਰਤ ਰਤਨ ਦਿੱਤਾ ਜਾਵੇ ਸੋ ਸਵਾਲ ਇਹ ਹੈ ਕਿ ਆਖਰ ਭਾਰਤ ਰਤਨ ਦੀ ਚੋਣ ਪ੍ਰਕਿਰਿਆ ਕੀ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਕਿਸ ਨੂੰ ਭਾਰਤ ਰਤਨ ਦਿੱਤਾ ਜਾਵੇ ਕਿਉਂਕਿ ਭਾਰਤ ਰਤਨ ਦਾ ਜੋ ਮੁੱਦਾ ਹੈ ਉਹ ਸਿਆਸਤੀ ਭੇਡ ਚੜਾਦਾ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਅੱਜ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਪੰਡਿਤ ਜਵਾਹਰ ਲਾਲ 네ਰੂ ਤੇ ਇੰਦਰਾ ਗਾਂਧੀ ਆਪਣੇ ਲਈ ਹੀ ਭਾਰਤ ਰਤਨ ਮੰਗਦੇ ਰਹੇ ਉਹਨਾਂ ਨੇ ਕਈ ਤਰ੍ਹਾਂ ਦੇ ਨਿਸ਼ਾਨੇ ਵੀ ਸਾਦੇ ਨੇ ਕਾਂਗਰਸ ਦੇ ਉੱਤੇ ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਰਤਨ ਦੀ ਜਿਹੜੀ ਵੀ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਵੀ ਭਾਰਤ ਰਤਨ ਦਤਾਨਾ ਦਾ ਉਹ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਨਿਰਪੱਖ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਭਾਰਤ ਰਤਨ ਦੇ ਸਨਮਾਨ ਦੇ ਨਾਲ ਨਵਾਜਿਆ ਜਾਵੇਗਾ ਜੋ ਇਸ ਨੂੰ ਡਿਜ਼ਰਵ ਕਰਦੇ ਨੇ ਜੋ ਯੋਗ ਨੇ ਜਿਨ੍ਹਾਂ ਨੇ ਕਿਸੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਕੰਮ ਕੀਤਾ ਤੇ ਦੇਸ਼ ਦਾ ਨ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਇਸ ਬਾਰੇ ਵਿੱਚ ਆਪਣੇ ਸੁਝਾਅ ਤੁਸੀਂ ਸਾਨੂੰ ਕਮੈਂਟ ਜ਼ਰੀਏ ਦੇ ਸਕਦੇ ਹੋ ਮਨ ਰਿਉ ਜਾ ਸਕਦੇ ਹੋ ਧੰਨਵਾਦ